ਕਾਂਗਰਸ ਵੱਲੋਂ ਸੰਸਦ ਦੀ ਅੱਜ ਤਿਆਰੀ ਕਰ ਲਈ ਬਜਟ ਸੈਸ਼ਨ ਆਮ ਬਜਟ ਪੇਸ਼ ਹੋਣਾ ਹੈ ਕੀ ਕੁਝ ਉਮੀਦਾਂ ਨੇ ਕਾਂਗਰਸ ਨੂੰ ਜਸਪੀਤ ਡਿੰਪਾ ਕਾਂਗਰਸ ਦੇ ਐਮਪੀ ਸਾਹਿਬ ਜੀ ਡਿੰਪਾ ਸਾਹਿਬ ਕੀ ਕੁਝ ਉਮੀਦਾਂ ਨੇ ਅੱਜ ਦੇ ਬਜਟ ਤੋਂ ਕੋਈ ਉਮੀਦ ਹੈ ਜਾਂ ਸਿਰਫ ਕਿਸਾਨੀ ਦਾ ਮਸਲਾ ਪਾਰੂ ਹੋਊਗਾ ਸਿਰਫ ਵਿਰੋਧ ਹੋਊਗਾ ਬਜਟ ਸੈਸ਼ਨ ਦਾ ਦੇਖੋ ਇਸ ਸਰਕਾਰ ਤੋਂ ਤੇ ਸਾਡੇ ਪ੍ਰਧਾਨ ਮੰਤਰੀ ਮੋਦੀ ਉਹਨਾਂ ਤੋਂ ਮੈਨੂੰ ਕੀ ਕਿਸੇ ਨੂੰ ਵੀ ਕੋਈ ਉਮੀਦ ਨਹੀਂ ਜੇ ਇਸ ਬੰਦੇ ਨੂੰ ਬੜੇ ਚਾਵਾਂ ਨਾਲ ਬੜੀ ਬਹੁਮਤ ਦੇ ਨਾਲ ਲਿਆ ਕੇ ਰਾਜ ਗੱਦੀ ਦਿੱਤੀ ਸੀ ਅੱਜ ਉਸ ਨੇ ਸਾਰੇ ਦੇਸ਼ ਦਾ ਪੱਠਾ ਬਠਾਤਾ ਇਕਨੋਮੀ ਦਾ ਬੇੜਾ ਗਰ ਕਰਤਾ 37 ਮਹੀਨਿਆਂ ਤੋਂ ਇਕਨੋਮੀ ਇੱਕ ਦਿਨ ਵੀ ਉੱਪਰ ਨਹੀਂ ਉੱਠੀ ਅੱਜ ਸਹੀ ਮੈਨੇਜ ਦੇਸ਼ ਰੈਸੈਸ਼ਨ ਚ ਨਰਮਲਾ ਸੀਤਾਰਾਮਨ ਜਿਹੜੇ ਖਜ਼ਾਨਾ ਮੰਤਰੀ ਨੇ ਉਹ ਮਾਨਕਮੇ ਨੇ ਉਹਨਾਂ ਨੇ ਜਦੋਂ ਦੇ ਆਏ ਆ ਉਹਨਾਂ ਨੇ ਮੰਗਾਈ ਕਿੱਥੇ ਚੜ ਗਈ ਆ ਬੇਰੋਜ਼ਗਾਰੀ ਕਿੰਨੀ ਵਧ ਗਈ ਆ ਕਾਰੋਬਾਰ ਬੰਦ ਹੋ ਰਹੇ ਲੋਕ ਬੇਰੋਜ਼ਗਾਰ ਹੋ ਰਹੇ ਆ ਉਮੀਦ ਤੇ ਇਨਾਂ ਤੋਂ ਕੁਛ ਨਹੀਂ ਪਰ ਦੂਜੇ ਪਾਸੇ ਅਸੀਂ ਆਪਣੇ ਅੰਦਾ ਤੇ ਆਪਣੇ ਕਿਸਾਨਾਂ ਹੋਰ ਹੀ ਜ਼ਿਆਦਤੀ ਦੇ ਖਿਲਾਫ ਡਟ ਕੇ ਵਿਰੋਧ ਕਰਾਂਗੇ ਅੱਜ ਪਹਿਲੇ ਦਿਣ ਤੋਂ ਹਮਲਾਵਰ ਰੋਖਕ ਤਿਆਰ ਕਰਾਂਗੇ ਇਸ ਸਰਕਾਰ ਨੂੰ ਇਹ ਕਾਲੇ ਕਾਨੂੰਨ ਵਾਪਸ ਲੈਣ ਤੇ ਮਜਬੂਰ ਕਰਦੇ ਆਂਗੇ ਰਾਸ਼ਟਰਪਤੀ ਦੇ ਭਵਨ ਦਾ ਬੇਸ਼ਕਾਰ ਕੀਤਾ ਸੀ ਉਹਦਾ ਵਿਰੋਧ ਕੀਤਾ ਸਾਰੀਆਂ ਅੱਜ 16 ਪਾਰਟੀਆਂ ਇੱਕ ਪਲੈਟਫਾਰਮ ਤੇ ਇਕੱਠੀਆਂ ਹੋ ਗਈਆਂ ਸਰਕਾਰ ਦੇ ਖਿਲਾਫ ਕਾਂਗਰਸ ਦੇ ਨੇਤ੍ਰਿਤਵ ਵੇਟ ਸੋ ਅਸੀਂ ਆਪਣਾ ਹਮਲਾ ਰਵ ਰੁਖ ਜਿਹੜਾ ਵਾ ਉਹ ਅਖਤਿਆਰ ਕਰਕੇ ਰੱਖਾਂਗੇ ਸਰਕਾਰ ਤੇ ਇਨਾ ਕ ਦਬਾਅ ਬਣਾਵਾਂਗੇ ਕਿ ਸਰਕਾਰ ਨੂੰ ਕੁਟਣੇ ਟਿਕਣੇ ਪੈਣਗੇ ਵੇਖੋ ਸਾਡੀ ਸਰਕਾਰ ਆ ਅਸੀਂ ਇਹ ਨਹੀਂ ਚਾਹੁੰਦੇ ਸਰਕਾਰ ਹਾਰੇ ਅਸੀਂ ਕਹਿੰਨੇ ਸਰਕਾਰ ਮੰਨੇ ਸਰਕਾਰ ਨੂੰ ਮੰਨਣਾ ਚਾਹੀਦਾ ਏ ਗੱਲ ਤੇ ਇਹ ਮਨਾ ਕੇ ਹੀ ਸਾਲ ਲਵਾਂ ਸਾਂ ਜਿੱਥੇ ਬੰਦਿਆ ਕਹਿੰਦੀ ਅਸੀਂ ਪਹਿਲਾਂ ਬਜਟ ਪੜਾਂਗੇ ਉਸ ਤੋਂ ਬਾਅਦ ਕੋਈ ਰਿਐਕਸ਼ਨ ਦੇਵਾਂਗੇ ਤੁਹਾਨੂੰ ਨਹੀਂ ਲੱਗਦਾ ਪਹਿਲਾਂ ਬਜਟ ਪੜਨਾ ਚਾਹੀਦਾ ਉਸ ਤੋਂ ਬਾਅਦ ਕੋਈ ਰਿਐਕਸ਼ਨ ਦੇਣਾ ਚਾਹੀਦਾ ਦੇਖੋ ਜਦੋਂ ਬਜਟ ਆਉਂਦਾ ਨਾ ਉਸ ਤੋਂ ਪਹਿਲਾਂ ਇਕਨੋਮਿਕ ਸਰਵੇ ਆਉਂਦਾ ਕੋਈ ਬਾਇਲਸ ਇਕਨੋਮਿਕ ਸਰਵੇ ਦਾ ਜਿਹੜਾ ਇੱਕ ਇੱਕ 파ਟ ਪੜਿਆ ਉਹਦੇ ਵਿੱਚ ਕੁਝ ਵੀ ਦੇਣ ਨੂੰ ਉਹਦੇ ਵਿੱਚ ਚੰਦਖ ਜਿਹੜੇ ਇਹਨਾਂ ਦੇ ਬੰਦੇ ਜਿਨ੍ਹਾਂ ਨੇ ਇੱਕ ਸਬਜ਼ ਬਾਗ ਵਿਖਾਏ ਪਰ ਉਹ ਸਬਜ਼ ਬਾਗਾ ਨੂੰ ਦੇ ਉਹ ਟੀਚੇ ਜਿਹੜੇ ਆ ਉਹ ਪੂਰੇ ਕਰਨ ਵਾਸਤੇ ਸੰਸਾਧਨ ਕਿੱਥੋਂ ਆਉਣਗੇ ਉਹ ਕਿਤੇ ਨਹੀਂ ਹੈਗਾ ਸੋ ਮੈਂ ਸਮਝਦਾ ਕੀ ਕਹਿੰਦੇ ਝੋਨੇ ਵਾਲੇ ਪਿੰਡ ਪਰਾਲੀਆਂ ਉਹ ਦਿਖ ਜਾਂਦੇ ਆ ਇਹ ਜਿਹੜਾ ਬਜਟ ਆਉਣਾ ਵਾ ਇਹ ਇਹਨਾਂ ਦੇ ਹਾਲਾਤਾਂ ਤੋਂ ਇਕਨੋਮਿਕ ਸਰਵੇ ਤੋਂ ਪਤਾ ਲੱਗ ਜਾਂਦਾ ਸੋ ਮੈਨੂੰ ਲੱਗਦਾ ਨਹੀਂਗਾ ਕਿ ਇਹ ਇਸ ਬਜਟ ਦੇ ਵਿੱਚ ਇਹਨਾਂ ਨੂੰ ਕੁਝ ਦੇਣ ਨੂੰ ਹੋਵੇ ਜਿਹੜਾ ਜਿਹੜੀ ਸਰਕਾਰ ਸੂਬਿਆਂ ਨੂੰ ਜੀਐਸਟੀ ਦਾ ਟੈਕਸ ਨਹੀਂ ਦੇ ਪਾ ਰਹੀ ਜਿਹੜੀ ਸਰਕਾਰ ਕੋਈ ਵੀ ਚੀਜ਼ ਸਾਨੂੰ ਦੇਣ ਜੋਗੀ ਹੈ ਨਹੀਂ ਸਾਡੇ ਸੈਂਟਰਲ ਟੈਕਸਸ ਨਹੀਂ ਦੇ ਰਹੇ ਰੂਰਲ ਡਵੈਲਪਮੈਂਟ ਫੰਡ ਨਹੀਂ ਦੇ ਰਹੇ ਐਮਐਸਪੀ ਨਹੀਂ ਦੇ ਰਹੇ ਕਿੱਥੋਂ ਦੇਣਗੇ ਸਾਨੂੰ ਇੰਨਕੰ ਇੰਨੀ ਸਰਕਾਰ ਦੇ ਤੇ ਪੈਸਾ ਜਾ ਕਿੱਥੇ ਰਿਹਾ ਤੁਹਾਨੂੰ ਕੀ ਲੱਗਦਾ ਕਿੱਥੇ ਜਾ ਰਿਹਾ ਸਾਰਾ ਪੈਸਾ ਕਿਉਂਕਿ ਕੋਈ ਖਰਚਾ ਤਾਂ ਇੰਨਾ ਹੋ ਨਹੀਂ ਰਿਹਾ ਕਰੋਨਾ ਕਾਲ ਆਇਆ ਕੋਈ ਬਹੁਤਾ ਫੰਡ ਤਾਂ ਦਿੱਤਾ ਨਹੀਂ ਲੋਕਾਂ ਨੂੰ 20 ਲੱਖ ਕਰੋੜ ਰੁਪਏ ਦਿੱਤਾ ਉਹ ਵੀ ਬੈਂਕਾਂ ਤੋਂ ਜਿਹੜਾ ਲੋਨ ਦੇ ਜ਼ਰੀਏ ਦੀ ਲੈ ਸਕਦਾ ਕੋਈ ਸਿੱਧਾ ਫਾਇਦਾ ਕਿਸੇ ਨੂੰ ਨਹੀਂ ਦਿੱਤਾ ਫਾਇਦਾ ਕਿਉਂ ਨਹੀਂ ਦਿੱਤਾ ਜੀ ਇਹ ਸਰਕਾਰ ਦੇ ਫਾਇਦਾ ਦਿੱਤਾ ਡਾਨੀ ਨੂੰ ਅੰਬਾਨੀ ਨੂੰ 665000 ਕਰੋੜ ਰੁਪਇਆ ਜਿਹੜਾ ਵਾ ਕੱਲਾ ਅੰਬਾਨੀ ਦਾ ਮਾਫ ਕਰਦਾ 7 7 ਲੱਖ ਕਰੋੜ ਅਡਾਨੀ ਦਾ ਮਾਫ ਕਰਦਾ ਸਾਡੇ ਪੋਰਟ ਸਾਡੇ 에어ਪੋਰਟ ਸਾਰੇ ਉਹਨਾਂ ਨੂੰ ਦੇ ਹੀ ਜਾਂਦੇ ਪੈਸਾ ਤੇ ਉਧਰ ਲਟਾਰੇ ਕੋਈ ਨੀਰਮੋਦੀ ਲੈ ਕੇ ਭੱਜ ਗਿਆ ਕੋਈ ਮੇਹੂਲ ਚੋਕਸੀ ਲੈ ਕੇ ਭੱਜ ਗਿਆ ਕੋਈ ਹੋਰ ਲੈ ਕੇ ਭੱਜ ਗਿਆ ਕੋਈ ਕੋਠਾਰੀ ਲੈ ਕੇ ਭੱਜ ਗਿਆ ਸਾਰੇ ਗੁਜਰਾਤੀ ਦੇ ਪੈਸਾ ਲੈ ਕੇ ਭਜਾ ਤੇ ਦੇਖੋ 8 ਲੱਖ 8000 ਕਰੋੜ ਦੇ ਜਹਾਜ਼ ਲੈ ਲਏ ਆਪਣੇ ਝੂਟੇ ਲੈਣ ਵਾਸਤੇ ਉਹਨੂੰ ਲੈਤਾ 500 600 ਕਰੋੜ ਦਾ ਜਹਾਜ਼ ਉਹਨੂੰ ਗੁਜਰਾਤ ਦੇ ਮੁੱਖ ਮੰਤਰੀ ਨੂੰ ਇਹੋ ਜਿਹੇ ਜਿਹੜੇ ਰੱਬੀ ਖਰਚੇ 2000 ਕਰੋੜ ਦਾ ਪਾਰਲਮੈਂਟ ਦੇ ਉੱਤੇ ਲਾਈ ਜਾ ਰਹੇ ਨਵੇਂ ਤੇ ਜਿਹੜੀ ਲੋੜ ਨਹੀਂ ਸੀ ਫालतू ਕੰਮਾਂ ਤੇ ਪੈਸਾ ਹੈ ਗੱਲ ਚੰਗੇ ਕੰਮ ਲਈ ਪੈਸਾ ਹੈ ਮੁੰਨਾ ਯਾਰਾ ਬਜਟ 'ਚ ਕੋਈ ਪਾਰਦਰਸ਼ਾ ਹੋ ਸਕਦੀ ਹੈ ਕਰੋਨਾ ਵੈਕਸੀਨ ਤੋਂ ਬਾਅਦ ਕਿਤੇ ਨਾ ਕਿਤੇ ਸੁਧਾਰ ਵੀ ਹੋਇਆ ਮਾਰਕੀਟ ਦੇ ਵਿੱਚ ਕਾਫੀ ਜਿਹੜਾ ਟੈਕਸ ਦੇ ਰੇਟ ਘਟ ਸਕਦੇ ਕੁਝ ਅਜਿਹਾ ਹੋ ਸਕਦਾ ਤੁਹਾਨੂੰ ਉਮੀਦ ਹੈ ਨਹੀਂ ਮੈਨੂੰ ਵੈਸਤੇ ਉਮੀਦ ਨਹੀਂ ਕਿਸਾਨਾਂ ਲਈ ਕੁਝ ਹੋ ਸਕਦਾ ਬਜਟ 'ਚ ਕਿਸਾਨਾਂ ਲਈ ਕੁਝ ਢਿੰਗਾ ਇਹਨਾਂ ਨੇ ਲੌਲੀਪੌਪ ਦੇਣੇ ਆ ਕਿਸਾਨਾਂ ਨੂੰ ਉਹ ਲੌਲੀਪੌਪ ਜਿਹੜਾ ਕਿਸਾਨ ਲੈਣ ਨੂੰ ਤਿਆਰ ਨਹੀਂ ਇਦਾਂ ਕੋ ਐਮਐਸਪੀ ਲਾਵਾਂਗੇ ਇਦਾਂ ਕੋ ਕਾਲੇ ਕਾਨੂੰਨ ਵਾਪਸ ਕਰਾਵਾਂ ਜੇਕਰ ਜਾਂਦੇ ਤੁਹਾਨੂੰ ਸਸਪੈਂਡ ਕਰ ਦਿੱਤਾ ਤੁਸੀਂ ਕਿਹ ਵਿਰੋਧ ਕਰਨਾ ਕਰ ਦੇਣ ਕਿਸਾਨ ਦੀ ਕਰ ਦੇਣ ਕਿ ਤਾਂ ਕਿ ਕਿਸਾਨ ਨੇ ਭੇਜਿਆ ਕਰ ਦੇਣ ਕਿ ਭਾਵੇਂ ਸਾਡੀ ਮੈਂਬਰੀ ਵੀ ਖਤਮ ਕਰ ਦੇਣ ਸਾਨੂੰ ਇਹਦਾ ਕੋਈ ਡਰ ਨਹੀਂ ਹੈ ਭਾਵੇਂ ਚਾਹੇ ਮੈਂਬਰੀ ਖਤਮ ਹੋ ਜਾ ਸਾਨੂੰ ਇਸ ਚੀਜ਼ ਦਾ ਡਰ ਨਹੀਂ ਚਾਹੇ ਜਾਂਦੇ सस्पेंड ਕਰ ਦੇਣ ਪਰ ਕਿਸਾਨ ਨੇ ਭੇਜਿਆ ਕਿਸਾਨਾਂ ਦੀ ਆਵਾਜ਼ ਹੀ ਅੱਜ ਸੰਸਦ ਦੇ ਵਿੱਚ ਗੂੰਜੇਗੀ ਕੈਮਰਾ ਪਰਸਨ ਵਿਪਨ ਮੈਰਾ ਦੇ ਨਾਲ ਆਸ਼ੂ ਨੇਜਾ ਜੰਤਰ ਮੰਤਰ ਦਿੱਲੀ